hundreds of workers of the Aam Aadmi Party, AAP, held a massive protest outside Punjab Chief Minister Amarinder Singh's home in Chandigarh today over electricity rates in the state. The police had to use water cannons on the workers. AAP leader Bhagwan Mann led the protest outside Amarinder Singh's home. The AAP members, who wanted to meet Amarinder Singh to submit a memorandum against the power hike, were stopped from getting any closer to Chief Minister's home. Chandigarh police had already barricaded the road with deployment of a huge force leading to the Chief Minister's residence. ਪੱਚੀ ਹਜ਼ਾਰ ਹੈ ਨਹੀਂ ਸੀ 41 ਹਜ਼ਾਰ ਦੀ ਬਿਜਲੀ ਖਰੀਦ ਲਈ ਉਹ ਚੋਂ 4100 ਕਰੋੜ ਰੁਪਇਆ ਉਹ ਹੈ ਕਿ ਬਿਜਲੀ ਖਰੀਦੀ ਨਹੀਂ ਪਰ ਦੇਣੇ ਪੈ ਗਏ ਪੰਜਾਬ ਸਰਕਾਰ ਰਿਲਾਇੰਸ ਤੋਂ ਮੱਧ ਪ੍ਰਦੇਸ਼ 'ਚ ਹੈ ਉਹਨਾਂ ਦਾ ਪਲਾਂਟ ਰਿਲਾਇੰਸ ਤੋਂ 1 ਰੁਪਇਆ 60 ਪੈਸੇ ਬਿਜਲੀ ਲੈ ਰਹੀ ਹੈ ਅਤੇ ਗੋਇੰਦਵਾਲ ਵਾਲਿਆਂ ਤੋਂ 9.25 ਰੁਪਏ ਲੈ ਰਹੇ ਹਾਂ ਅਸੀਂ ਸਾਡੇ ਪਾਣੀ ਨੂੰ ਪਲਿਊਟ ਕਰਦੇ ਨੇ ਹਵਾ ਨੂੰ ਪਲਿਊਟ ਕਰਦੇ ਨੇ ਠੀਕ ਹੈ ਸਾਨੂੰ ਹੀ 9.25 ਰੁਪਏ ਸਾਡੇ ਇਸ ਚੀਜ਼ ਅਤੇ ਤਲਵੰਡੀ ਸਾਹਿਬ ਵਾਲਾ 6 ਰੁਪਏ 60 ਪੈਸੇ ਪੈ ਰਹੇ ਸਾਨੂੰ ਸੋ ਇਹਦਾ ਮਤਲਬ ਤਾਂ ਸ਼ਰਿਆਮ ਲੁੱਟ ਹੈ ਸੁਖਬੀਰ ਬਾਦਲ ਨੇ ਮਾਫੀਆ ਸ਼ੁਰੂ ਕੀਤਾ ਸੀ ਕੈਪਟਨ ਸਾਹਿਬ ਨੇ ਉਸ ਮਾਫੀ 'ਚ ਹਿੱਸਾ ਪਾ ਲਿਆ ਇਕੱਲਾ ਬਿਜਲੀ ਦਾ ਨਹੀਂ ਪਰਮਾਨ ਸਾਹਿਬ ਉਹੀ ਗੱਲ ਕਹਿੰਦੇ ਨੇ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਪੈਸਾ ਉਹਨਾਂ ਨੂੰ ਬਿਨਾਂ ਬਿਜਲੀ ਲੱਤੇ ਵੀ ਦਿੱਤਾ ਜਾ ਰਿਹਾ ਹੈ ਉਹ ਕਹਿੰਦੇ ਜਦੋਂ ਸਟਾਫ ਕੰਮ ਕਰੂਗਾ ਉਹ ਇੱਕ ਦਿਨ ਨਹੀਂ ਕਰੂਗਾ ਸਾਰੇ ਦਿਨਾਂ ਲਈ ਕਰੂਗਾ ਗੁਜਰਾਤ ਦਾ ਐਗਰੀਮੈਂਟ ਹੈਗਾ ਜਦੋਂ ਉੱਥੇ ਕੰਮ ਨਹੀਂ ਕਰਦਾ ਸਟਾਫ ਗੁਜਰਾਤ ਦੇ ਐਗਰੀਮੈਂਟ 'ਚੋਂ ਤਾਂ ਕੁਛ ਲਿਆ ਨਹੀਂ ਇਹਨਾਂ ਨੇ ਆਪਦੇ ਹਿੱਸੇ ਪਾਏ ਨੇ ਇਹਨਾਂ ਦੇ ਆਪਦੇ ਹਿੱਸੇ ਨੇ ਐਗਰੀਮੈਂਟ ਐਗਰੀਮੈਂਟ ਕਿਸ ਤਰ੍ਹਾਂ ਦੇ ਐਗਰੀਮੈਂਟ ਰਿਵਿਊ ਕਰੋ ਐਗਰੀਮੈਂਟ ਰਿਵਿਊ ਕਰਾਂਗੇ ਹੁਣ ਅਸੀਂ ਹੁਣ ਕਰੋਗੇ ਤੁਸੀਂ 5 ਵਾਰੀ ਤਾਂ ਕਾਂਗਰਸ ਨੇ ਰੇਟ ਵਧਾਤੇ ਹੁਣ ਰਿਵਿਊ ਕਰਨਗੇ ਪਹਿਲਾਂ ਕਿਉਂ ਨਹੀਂ ਕੀਤਾ ਰਿਵਿਊ ਇਹਨਾਂ ਨੇ ਆਹ ਦੇਖੋ ਇਹਨਾਂ ਦਾ ਮੇਰੇ ਕੋਲ ਮੈਨੀਫੈਸਟੋ ਹੈ ਕੀ ਲਿਖਿਆ ਸੀ 7ਵੇਂ ਨੰਬਰ ਤੇ ਕੀ ਲਿਖਿਆ ਕਿ ਟ੍ਰਾਂਸਪੇਰੈਂਸ ਲੈ ਕੇ ਥਰਡ ਪਾਰਟੀ ਆਡਿਟ ਕਰਾਵਾਂਗੇ ਕਰਾ ਲਿਆ ਆਡਿਟ ਕਦੋਂ ਕਰਾਇਆ ਆਡਿਟ ਦਿੱਲੀ ਦੇ ਵਿੱਚ ਨਹੀਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਆਡਿਟ ਕਰਵਾਇਆ ਤੇ ਅੱਜ 22 ਲੱਖ ਘਰਾਂ ਨੂੰ 0 ਬਿੱਲ ਆ ਰਿਹਾ ਨਾਲੇ ਬਿਜਲੀ ਉੱਥੇ ਵੀ ਪ੍ਰਾਈਵੇਟ ਹੈ ਟਾਟਾ ਤੇ ਰਿਲਾਇੰਸ ਦੀ ਹੈ ਸਭ ਸਾਰੀਆਂ ਗੱਲਾਂ ਠੀਕ ਨੇ ਐਗਰੀਮੈਂਟ ਦੇ ਤਹਿਤ ਜਿਹੜਾ ਹੈਗਾ ਉਹ ਰੱਦ ਹੋ ਸਕਦਾ ਹੈ ਹੋ ਸਕਦਾ ਗੁਜਰਾਤ ਨੇ ਐਗਰੀਮੈਂਟ ਨੂੰ ਰਿਵਿਊ ਕਰਕੇ Punjab's electricity board increased the power prices by 2.14% for 2019-20 in May last year despite the Punjab State Power Corporation Limited seeking a hike between 8-14%. Arvind Kejriwal's AAP, which is eyeing a second term in Delhi, with its promise of cheap power bills, water, health and education.